ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ Info by DK ਦੇ ਵਿੱਚ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆ ਨਾਲ ਹੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਦੱਸ ਦਈਏ ਕਿ ਸੈਂਟਰਲ ਬੋਰਡ ਆਫ ਐਗਜ਼ਾਮੀਨੇਸ਼ਨ ਐਜੂਕੇਸ਼ਨ CBSE ਤੇ ICSE ਬੋਰਡ ਨਾਲ ਸਬੰਧਿਤ ਵਿਦਿਆਰਥੀਆਂ 10ਵੀਂ ਅਤੇ 12ਵੀਂ ਦੀ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਸੋਸ਼ਲ ਮੀਡੀਆ ਤੇ ਇਕਜੁੱਟ ਹੋ ਗਏ ਹਨ ਵਿਦਿਆਰਥੀ ਕਹਿ ਰਹੇ ਹਨ ਕਿ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ ਜਿਸ ਕਰਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਦਾਤੇ ਨਾ ਲਾਇਆ ਜਾਵੇ ਟਵਿੱਟਰ ਤੇ ਹੈਸ਼ਟੈਗ ਕੈਨਸਲ ਬੋਰਡ ਐਗਜ਼ਾਮ ਮੁਹਿੰਮ ਰਾਹੀ ਵਿਦਿਆਰਥੀਆਂ ਨੇ ਟਵੀਟ ਤੇ ਰੀਟਵੀਟ ਕਰ ਕੇ ਤਰਕ ਦਿੱਤਾ ਹੈ ਕਿ ਦਿੱਲੀ ਦੇ ਕਈ ਸਕੂਲਾਂ ਵਿੱਚ ਕਰੋਨਾ ਦੇ ਕੇਸ ਪਾਏ ਗਏ ਹਨ ਤੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿਦਿਆਰਥੀਆਂ ਨੇ ਵੀ ਮੰਗ ਕੀਤੀ ਹੈ ਕਿ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਜਾਂ ਤਾਂ ਔਨਲਾਈਨ ਕਰਵਾਈਆਂ ਜਾਣ ਜਾਂ ਇਹਨਾਂ ਪ੍ਰੀਖਿਆਵਾਂ ਦਾ ਬਦਲਾਵ ਹਲ ਕੀਤਾ ਜਾਵੇ ਕੁਝ ਵਿਦਿਆਰਥੀ ਰੀਟਵੀਟ ਤੇ ਇਹ ਵੀ ਮੰਗ ਕਰ ਰਹੇ ਹਨ ਕਿ ਇਹ ਪ੍ਰੀਖਿਆਵਾਂ ਹੋਰ ਸੈਂਟਰਾਂ ਦੀ ਥਾਂ ਵਿਦਿਆਰਥੀਆਂ ਦੇ ਹੋਮ ਸੈਂਟਰਾਂ ਵਿੱਚ ਹੀ ਕਰਵਾਈਆਂ ਜਾਣ ਦੂਜੇ ਪਾਸੇ ਸੀਬੀਐਸਸੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪ੍ਰੀਖਿਆ ਕੇਂਦਰ ਵਿੱਚ ਕਰੋਨਾ ਸੰਬੰਧੀ ਪੂਰੇ ਇੰਤਜ਼ਾਮ ਕੀਤੇ ਜਾਣਗੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਕਰੋਨਾ ਦੇ ਕੇਸ ਮੁੜ ਵਧਣ ਲੱਗੇ ਹਨ ਤੇ ਮਾਹਿਰਾਂ ਨੇ ਵੀ ਕਰੋਨਾ ਦੀ ਚੌਥੀ ਲਹਿਰ ਬਾਰੇ ਦੱਸਿਆ ਹੈ ਇਸ ਕਰਕੇ ਟਰਮ 1 ਦੇ ਆਧਾਰ ਤੇ ਹੀ ਟਰਮ 2 ਦੇ ਨਤੀਜੇ ਐਲਾਨ ਕੀਤੇ ਜਾਣ ਉਹਨਾਂ ਇਹ ਮਾਮਲੇ ਵਿੱਚ ਰਾਸ਼ਟਰਪਤੀ ਭਵਨ ਤੇ ਭਾਜਪਾ ਦਾ ਵੀ ਦਖਲ ਮੰਗਿਆ ਹੈ ਕਈ ਵਿਦਿਆਰਥੀਆਂ ਨੇ ਅਖਬਾਰਾਂ ਦੀਆਂ ਕਟੀਆਂ ਵੀ ਲਾਈਆਂ ਹਨ ਜਿਸ ਵਿੱਚ ਕਰੋਨਾ ਦੇ ਇਲਾਜ ਲਈ ਹਸਪਤਾਲਾਂ ਵਿੱਚ ਭਰਤੀ 27% ਦੀ ਬੱਚਿਆਂ ਦੀਆਂ ਖਬਰਾਂ ਵੀ ਹਨ ਉਹਨਾਂ ਮੰਗ ਕੀਤੀ ਹੈ ਕਿ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ ਦੋਸਤੋ ਇਵੇਂ ਦੀਆਂ ਹੀ ਹੋਰ ਵੀਡੀਓ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਬਟਨ ਨੂੰ ਦਬਾ ਦਿਓ ਧੰਨਵਾਦ ਦੋਸਤੋ ਜੈ ਹਿੰਦ